ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਪੀ ਐੱਸ ਟੈਟ ਸਟੱਡੀ ਨੋਟਸ ਉੱਪਰ ਜੀ। ਸੋ ਮਾਸਟਰ ਕਾਰਡ ਐੱਸ ਐੱਸ ਟੀ ਦਾ ਇਗਜ਼ਾਮ ਦੇਣ ਜਾ ਰਹੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ ਸਿਵਿਕਸ ਦਾ ਸੈਕਿੰਡ ਮੌਕ ਟੈਸਟ ਲੈ ਕੇ ਆਏ ਜੀ। ਇਸ ਤੋਂ ਇਲਾਵਾ ਸਾਡੇ ਹਿਸਟਰੀ ਦੇ ਜੋਗਰਾਫੀ ਦੇ ਮੌਕ ਟੈਸਟ ਵੀ ਚੱਲ ਰਹੇ ਨੇ ਜੀ, ਔਰ ਕਾਫੀ ਜ਼ਿਆਦਾ ਪੀ ਐੱਸ ਟੈਟ ਦੀ ਪ੍ਰੈਪਰੇਸ਼ਨ ਵੇਲੇ ਡਿਟੇਲ ਦੇ ਵਿੱਚ ਵੀ ਵੀਡੀਓ ਅਪਲੋਡ ਨੇ, ਜਿਨ੍ਹਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜੂਗਾ, ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਸ਼ੋ ਹੋ ਜਾਏਗੀ ਜੀ। ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਹੈ ਮਾਸਟਰ ਕਾਡਰ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਜੀ। ਇਸ ਤੋਂ ਇਲਾਵਾ ਹਿਸਟਰੀ ਆਫ ਪੰਜਾਬ ਦੀ ਟੋਪਿਕ ਵਾਈਜ਼ ਵੀਡੀਓ ਚੱਲ ਰਹੀਆਂ ਨੇ ਜੀ, ਉਹਨਾਂ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ, ਔਰ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਜੀ, ਔਰ ਇਸ ਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜੀ। ਸੋ ਫਸਟ ਕੁਐਸਚਨ ਹੈ ਜੀ, ਅੱਜ ਦਾ ਆਪਣਾ ਸੰਵਿਧਾਨ ਦੀ ਖਰੜਾ ਕਮੇਟੀ ਦਾ ਮੈਂਬਰ ਕੌਣ ਨਹੀਂ ਸੀ। ਸੋ ਇਹਨਾਂ ਦੇ ਵਿੱਚੋਂ ਦੱਸਣਾ ਕਿ ਕਿਹੜਾ ਜਿਹੜਾ ਡਰਾਫਟਿੰਗ ਕਮੇਟੀ ਦਾ ਮੈਂਬਰ ਨਹੀਂ ਸੀ ਜੀ। ਆਪਸ਼ਨ ਹੈ ਜੀ ਗੋਪਾਲ ਸਵਾਮੀ ਅਈਅਰ, ਬੀ ਹੈ ਜੀ ਡੀ ਪੀ ਖੇਤਾਨ, ਸੀ ਹੈ ਐੱਨ ਮਾਧਵ ਰਾਓ ਅਤੇ ਕੇ ਐੱਮ ਮੁਨਸ਼ੀ, ਡੀ ਹੈ ਜੀ ਅਬਦੁਲ ਗਫਾਰ ਖਾਂ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਡੀ ਜੀ, ਅਬਦੁਲ ਗਫਾਰ ਖਾਂ ਜਿਹੜਾ ਉਹ ਡਰਾਫਟਿੰਗ ਕਮੇਟੀ ਦਾ ਮੈਂਬਰ ਨਹੀਂ ਸੀ ਜੀ। ਸੋ 7 ਮੈਂਬਰ ਸੀ ਜੀ ਟੋਟਲ ਜਿਹੜੇ ਨੇ ਉਹ ਡਰਾਫਟਿੰਗ ਕਮੇਟੀ ਦੇ। ਸੋ ਬੀ ਆਰ ਅੰਬੇਦਕਰ, ਡਾਕਟਰ ਬੀ ਆਰ ਅੰਬੇਦਕਰ ਜੀ ਜਿਹੜੇ ਨੇ ਉਹ ਪ੍ਰਧਾਨ ਸੀ ਜੀ ਇਸ ਡਰਾਫਟਿੰਗ ਕਮੇਟੀ ਦੇ, ਖਰੜਾ ਕਮੇਟੀ ਦੇ। ਔਰ 4 ਮੈਂਬਰ ਇਹੀ ਸੀ ਜੀ, ਗੋਪਾਲ ਸਵਾਮੀ, ਡੀ ਪੀ ਖਤਾਨ, ਐੱਨ ਮਾਧਵ ਰਾਓ, ਕੇ ਐੱਮ ਮੁਨਸ਼ੀ, ਔਰ 5ਵੇਂ ਸੀ ਜੀ ਡਾਕਟਰ ਬੀ ਆਰ ਅੰਬੇਦਕਰ, ਕ੍ਰਿਸ਼ਨਾ ਸਵਾਮੀ ਅਈਅਰ, ਅਤੇ ਉਸ ਤੋਂ ਬਾਅਦ ਸੀ ਜੀ 7ਵੇਂ ਮੈਂਬਰ ਸੀ ਜੀ ਸੈਯਦ ਮੁਹੰਮਦ ਸਦੋਲਾ ਜੀ। ਔਰ ਡੀ ਪੀ ਖਤਾਨ ਦੀ ਮੌਤ ਤੋਂ ਬਾਅਦ ਜਿਹੜਾ ਹੈ ਟੀ ਟੀ ਕ੍ਰਿਸ਼ਨਾ ਮਚਾਰੀ ਜਿਹੜੇ ਨੇ ਉਹ ਮੈਂਬਰ ਬਣੇ ਸੀ ਜੀ। ਮੈਂਬਰ ਟੋਟਲ ਜਿਹੜੇ ਨੇ 7 ਹੀ ਰਹੇ ਸੀ, ਸਿਰਫ ਜਦੋਂ ਡੀ ਪੀ ਖਤਾਨ ਦੀ ਮੌਤ ਹੋਈ ਹੈ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਥਾਂ 'ਤੇ ਟੀ ਟੀ ਕ੍ਰਿਸ਼ਨਾ ਮਚਾਰੀ ਜਿਹੜੇ ਨੇ ਉਹ ਮੈਂਬਰ ਬਣੇ ਸੀ ਜੀ। ਜੇਕਰ ਪੁੱਛਿਆ ਜਾਏ ਡਰਾਫਟਿੰਗ ਕਮੇਟੀ ਦੇ ਟੋਟਲ ਮੈਂਬਰ ਕਿੰਨੇ ਸੀ ਤਾਂ 7 ਸੀ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ ਆਪਣਾ 2 ਹੈ ਜੀ, ਭਾਰਤੀ ਸੰਵਿਧਾਨ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲੈ ਗਏ ਨੇ? ਆਪਸ਼ਨ ਏ ਹੈ ਜੀ ਆਇਰਲੈਂਡ, ਬੀ ਹੈ ਰੂਸ, ਸੀ ਹੈ ਕਨੇਡਾ, ਡੀ ਹੈ ਜੀ ਦੱਖਣੀ ਅਫਰੀਕਾ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ, ਆਇਰਲੈਂਡ ਦੇ ਸੰਵਿਧਾਨ ਤੋਂ ਲੈ ਗਏ ਨੇ ਜੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਔਰ ਇਹਨਾਂ ਦਾ ਜਿਹੜਾ ਜ਼ਿਕਰ ਹੈ ਉਹ ਸੰਵਿਧਾਨ ਦੇ ਅਨੁਛੇਦ 36 ਤੋਂ ਲੈ ਕੇ 51 ਤੱਕ ਕੀਤਾ ਗਿਆ ਜੀ। ਅਗਲਾ ਕੁਐਸਚਨ ਹੈ ਜੀ ਆਪਣਾ ਕੁਐਸਚਨ ਨੰਬਰ 3 ਹੈ ਜੀ, ਸੰਵਿਧਾਨ ਵਿੱਚ ਭਾਰਤੀ ਨਾਗਰਿਕਾਂ ਨੂੰ ਕਿੰਨੇ ਮੌਲਿਕ ਕਰਤੱਵ ਦਿੱਤੇ ਗਏ ਨੇ ਜੀ? ਆਪਸ਼ਨ ਏ ਹੈ ਜੀ 10, ਬੀ ਹੈ ਜੀ 11, ਸੀ ਹੈ 8 ਜੀ, ਡੀ ਹੈ 7। ਸਹੀ ਆਂਸਰ ਆਪਸ਼ਨ ਬੀ ਹੈ ਜੀ, 11 ਮੌਲਿਕ ਜਿਹੜੇ ਕਰਤੱਵ ਨੇ ਉਹ ਦਿੱਤੇ ਗਏ ਨੇ, ਔਰ ਇਹ ਦਿੱਤੇ ਕਿਸ ਕਮੇਟੀ ਦੇ ਅਨੁਸਾਰ ਗਏ ਨੇ ਜੀ? ਸਵਰਨ ਸਿੰਘ ਕਮੇਟੀ ਦੇ ਮੁਤਾਬਕ। ਜੇਕਰ ਪੁੱਛਿਆ ਜਾਏ ਕਿ ਕਿਸ ਕਮੇਟੀ ਨੇ ਜਿਹੜੀ ਇਹ ਸਿਫਾਰਸ਼ ਕੀਤੀ ਸੀ, ਸਵਰਨ ਸਿੰਘ ਕਮੇਟੀ ਨੇ ਜੀ। ਔਰ ਜੇਕਰ ਪੁੱਛਿਆ ਜਾਂਦਾ ਕਿ ਕਦੋਂ ਸ਼ਾਮਿਲ ਕੀਤੇ ਗਏ, ਤਾਂ ਸ਼ਾਮਿਲ ਕੀਤੇ ਗਏ ਸੀ ਜੀ 42ਵੀਂ ਸੋਧ ਜੋ ਹੋਈ 1976 ਦੇ ਵਿੱਚ ਜੀ, ਔਰ ਸ਼ਾਮਿਲ ਕੀਤੇ ਗਏ ਨੇ ਜੀ ਭਾਗ 4 ਊੜਾ ਦੇ ਵਿੱਚ, ਔਰ ਅਨੁਛੇਦ 51A ਦੇ ਤਹਿਤ ਸ਼ਾਮਿਲ ਕੀਤੇ ਗਏ ਨੇ ਜੀ। ਪਹਿਲਾਂ 10 ਸੀ ਜੀ ਸਟਾਰਟਿੰਗ ਦੇ ਵਿੱਚ, ਔਰ ਉਸ ਤੋਂ ਬਾਅਦ ਜਿਹੜਾ 2002 ਦੇ ਵਿੱਚ 11ਵਾਂ ਜਿਹੜਾ ਹੈ 86ਵੀਂ ਸੋਧ ਹੋਈ ਜਦੋਂ, ਤਾਂ 11ਵਾਂ ਇੱਕ ਹੋਰ ਜਿਹੜਾ ਕਰਤੱਵ ਜੋੜਿਆ ਗਿਆ ਸੀ ਸਿੱਖਿਆ ਲਈ ਆਪਣੇ ਬੱਚਿਆਂ ਨੂੰ, ਜੋ 6 ਤੋਂ 14 ਸਾਲ ਦੇ ਬੱਚੇ ਨੇ ਜੀ ਉਹਨਾਂ ਨੂੰ ਮੌਕੇ ਪ੍ਰਦਾਨ ਕਰਨੇ। ਸੋ ਇਹ ਜਿਹੜਾ ਹੈ 51A ਦੇ ਤਹਿਤ, 51A K ਦੇ ਤਹਿਤ ਜਿਹੜਾ ਇੱਕ ਹੋਰ 11ਵਾਂ ਕਰਤੱਵ ਜੋੜਿਆ ਗਿਆ ਸੀ ਜੀ। ਸੋ ਇਹਨਾਂ ਨੂੰ ਡਿਟੇਲ ਦੇ ਵਿੱਚ ਵੀ ਆਪਾਂ ਜਿਹੜੇ ਮੌਲਿਕ ਅਧਿਕਾਰ ਅਤੇ ਕਰਤੱਵ ਨੇ ਕਰਾਂਗੇ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 4, ਭਾਰਤੀ ਸੰਵਿਧਾਨ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸ ਦਾ ਸੀ? ਆਪਸ਼ਨ ਏ ਹੈ ਜੀ ਭਾਰਤ ਸਰਕਾਰ ਅਧਿਨਿਯਮ 1935, ਬੀ ਹੈ ਜੀ ਇੰਗਲੈਂਡ ਦੇ ਸੰਵਿਧਾਨ ਦਾ, ਸੀ ਹੈ ਅਮਰੀਕਾ ਦੇ ਸੰਵਿਧਾਨ ਦਾ, ਡੀ ਹੈ ਜੀ ਜਰਮਨੀ ਦੇ ਸੰਵਿਧਾਨ ਦਾ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ, ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵ ਹੈ 1935 ਦੇ ਐਕਟ ਦਾ ਜੀ ਭਾਰਤੀ ਸੰਵਿਧਾਨ ਦੇ ਉੱਤੇ। ਕੁਐਸਚਨ ਨੰਬਰ ਅੱਗੇ ਹੈ ਜੀ 5, ਸੰਸਦ ਦੇ ਕਿੰਨੇ ਅਧਿਵੇਸ਼ਨ ਹੁੰਦੇ ਹਨ? ਆਪਸ਼ਨ ਏ ਹੈ ਜੀ 3, ਬੀ ਹੈ 4, ਸੀ ਹੈ 2, ਡੀ ਹੈ 5। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ। ਸੋ 3 ਅਧਿਵੇਸ਼ਨ ਹੁੰਦੇ ਨੇ ਜੀ। ਸਭ ਤੋਂ ਪਹਿਲਾਂ ਜਿਹੜਾ ਹੁੰਦਾ ਜੀ ਬਜਟ ਅਧਿਵੇਸ਼ਨ, ਜੋ ਕਿ ਹੁੰਦਾ ਜੀ ਫਰਵਰੀ ਤੋਂ ਮਈ ਤੱਕ ਜੀ, ਫਰਵਰੀ ਟੂ ਮਈ ਹੁੰਦਾ। ਦੂਸਰਾ ਹੁੰਦਾ ਜੀ ਜਿਹਨੂੰ ਮਾਨਸੂਨ ਅਧਿਵੇਸ਼ਨ ਕਹਿੰਦੇ ਨੇ, ਮਾਨਸੂਨ ਅਧਿਵੇਸ਼ਨ ਇਹ ਹੁੰਦਾ ਜੀ ਜੁਲਾਈ ਤੋਂ ਸਪਟੰਬਰ, ਔਰ ਉਸ ਤੋਂ ਬਾਅਦ ਹੈ ਜੀ ਸ਼ੀਤਕਾਲੀਨ ਅਧਿਵੇਸ਼ਨ, ਇਹ ਹੁੰਦਾ ਜੀ
ਨਵੰਬਰ ਤੋਂ ਦਸੰਬਰ ਤੱਕ ਜੀ। ਸੋ ਇਹ ਤਿੰਨ ਜਿਹੜੇ ਅਧਿਵੇਸ਼ਨ ਹੁੰਦੇ ਨੇ ਜੀ ਸੰਸਦ ਦੇ। ਨੈਕਸਟ ਹੈ ਜੀ ਕੁਸ਼ਚਨ ਨੰਬਰ 62 ਹੈ ਜੀ, 42 ਸੋਧ ਰਾਹੀਂ ਪ੍ਰਸਤਾਵਨਾ ਵਿੱਚ ਕਿਹੜੇ ਸ਼ਬਦ ਨੂੰ ਨਹੀਂ ਜੋੜਿਆ ਗਿਆ ਜੀ। ਆਪਸ਼ਨ ਏ ਹੈ ਜੀ ਗੁੱਟ ਨਿਰਪੱਖਤਾ, ਬੀ ਹੈ ਜੀ ਸਮਾਜਵਾਦੀ, ਸੀ ਹੈ ਧਰਮ ਨਿਰਪੱਖ, ਡੀ ਹੈ ਜੀ ਏਕਤਾ ਅਤੇ ਅਖੰਡਤਾ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ। ਸੋ ਜੋੜੇ ਗਏ ਸੀ ਜੀ ਸਮਾਜਵਾਦੀ, ਧਰਮ ਨਿਰਪੱਖ ਅਤੇ ਅਖੰਡਤਾ, ਨਹੀਂ ਜੋੜਿਆ ਗਿਆ ਸੀ ਇਹਨਾਂ ਵਿੱਚੋਂ ਗੁੱਟ ਨਿਰਪੱਖਤਾ ਜੀ। ਔਰ ਇਹ ਜਿਹੜੇ ਸ਼ਬਦ ਜੋੜੇ ਗਏ ਸੀ ਜੀ 42 ਸੋਧ 1976 ਦੇ ਰਾਹੀਂ ਜੋੜੇ ਗਏ ਸੀ ਜੀ। ਔਰ 1976 ਦੀ ਜਿਹੜੀ ਹੋਈ ਹੈ ਜੀ 42 ਸੋਧ 1976 ਦੀ, ਉਸਨੂੰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ। ਅਗਲਾ ਕੁਸ਼ਚਨ ਹੈ ਜੀ ਆਪਣਾ ਕੁਸ਼ਚਨ ਨੰਬਰ 7, ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? ਆਪਸ਼ਨ ਹੈ ਜੀ ਡਾਕਟਰ ਬੀ ਐਨ ਰਾਓ, ਬੀ ਹੈ ਜੀ ਰਜਿੰਦਰ ਪ੍ਰਸ਼ਾਦ, ਸੀ ਹੈ ਜੀ ਮਹਾਤਮਾ ਗਾਂਧੀ, ਡੀ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ। ਸਹੀ ਆਂਸਰ ਹੈ ਜੀ ਆਪਸ਼ਨ ਡੀ। ਸੋ ਡਾਕਟਰ ਬੀ ਐਨ ਰਾਓ ਜਿਹੜੇ ਨੇ ਉਹ ਸੰਵਿਧਾਨਕ ਸਲਾਹਕਾਰ ਸੀ ਜੀ। ਅਗਲਾ ਕੁਸ਼ਚਨ ਹੈ ਜੀ ਆਪਣਾ ਕੁਸ਼ਚਨ ਨੰਬਰ ਅੱਗੇ ਹੈ ਜੀ 8, ਅਵਿਸ਼ਵਾਸ ਪ੍ਰਸਤਾਵ ਰਾਹੀਂ ਪ੍ਰਧਾਨ ਮੰਤਰੀ ਦਾ ਪਦ ਛੱਡਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਸਨ? ਆਪਸ਼ਨ ਏ ਜੀ ਵਿਸ਼ਵਨਾਥ ਪ੍ਰਤਾਪ, ਬੀ ਹੈ ਜੀ ਰਾਜੀਵ ਗਾਂਧੀ, ਸੀ ਹੈ ਜੀ ਇੰਦਰਾ ਗਾਂਧੀ, ਡੀ ਹੈ ਜੀ ਚਰਨ ਸਿੰਘ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ ਵਿਸ਼ਵਨਾਥ ਪ੍ਰਤਾਪ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 9 ਹੈ ਜੀ, ਕੇਂਦਰ ਅਤੇ ਰਾਜਾਂ ਵਿਚਕਾਰ ਵਿੱਤ ਦਾ ਬਟਵਾਰਾ ਕਿਸ ਦੀ ਸਿਫਾਰਸ਼ ਨਾਲ ਕੀਤਾ ਜਾਂਦਾ ਹੈ ਜੀ? ਆਪਸ਼ਨ ਏ ਹੈ ਜੀ ਰਾਸ਼ਟਰਪਤੀ, ਬੀ ਹੈ ਜੀ ਵਿੱਤ ਆਯੋਗ, ਸੀ ਹੈ ਜੀ ਵਿੱਤ ਮੰਤਰਾਲਿਆ, ਡੀ ਹੈ ਜੀ ਭਾਰਤੀ ਰਿਜ਼ਰਵ ਬੈਂਕ। ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਉਹ ਹੈ ਜੀ ਆਪਸ਼ਨ ਬੀ ਜੀ ਵਿੱਤ ਆਯੋਗ। ਸੋ ਟੋਟਲ ਇਹਦੇ 5 ਮੈਂਬਰ ਹੁੰਦੇ ਨੇ ਜੀ ਵਿੱਤ ਆਯੋਗ ਦੇ, 1 ਅਧਿਆਕਸ਼ ਔਰ ਬਾਕੀ ਦੇ 4 ਹੋਰ ਮੈਂਬਰ ਹੁੰਦੇ ਨੇ ਜਿਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਜੀ। ਔਰ 14ਵਾਂ ਵਿੱਤ ਆਯੋਗ ਜਿਹੜਾ ਉਹ ਚੱਲ ਰਿਹਾ ਜੀ, ਜਿਸਦਾ ਕਾਰਜ ਕਾਲ ਜਿਹੜਾ 2015 ਤੋਂ 20 ਹੈ ਜੀ, ਔਰ ਇਸਦੇ ਜਿਹੜੇ ਅਧਿਆਕਸ਼ ਨੇ ਉਹ YV ਰੈਡੀ ਨੇ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 10 ਹੈ ਜੀ, ਸੰਵਿਧਾਨ ਸਭਾ ਦਾ ਪਹਿਲਾ ਅਧਿਵੇਸ਼ਨ ਕਿੱਥੇ ਹੋਇਆ? ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਜੀ ਦਿੱਲੀ ਦੇ ਵਿੱਚ ਜਿਹੜਾ ਪਹਿਲਾ ਅਧਿਵੇਸ਼ਨ ਹੈ ਉਹ ਹੋਇਆ ਸੀ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 11 ਜੀ, ਸੰਵਿਧਾਨ ਸਭਾ ਦੇ ਗਠਨ ਦੀ ਮੰਗ ਪਹਿਲੀ ਵਾਰ ਕਿਸਨੇ ਕੀਤੀ? ਆਪਸ਼ਨ ਏ ਜੀ ਡਾਕਟਰ BR ਅੰਬੇਦਕਰ, ਬੀ ਹੈ ਜੀ ਮਹਾਤਮਾ ਗਾਂਧੀ, ਸੀ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ, ਡੀ ਹੈ ਜੀ ਬਾਲ ਗੰਗਾਧਰ ਤਿਲਕ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਜੀ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ 1922 ਦੇ ਵਿੱਚ ਜਿਹੜੀ ਹੈ ਮੰਗ ਕੀਤੀ ਸੀ ਜੀ ਸੰਵਿਧਾਨ ਸਭਾ ਦੀ। ਅਗਲਾ ਕੁਸ਼ਚਨ ਹੈ ਜੀ ਕੁਸ਼ਚਨ ਨੰਬਰ ਆਪਣਾ 12 ਹੈ ਜੀ, ਸੋ ਇਸਦੇ ਡੀ ਆਂਸਰ 'ਤੇ ਪਲੀਜ਼ ਕਨਫਿਊਜ਼ ਨਾ ਹੋਇਓ। ਇਸਦਾ ਜਿਹੜਾ ਸਹੀ ਆਂਸਰ ਹੈ ਪਿਛਲੇ ਕੁਸ਼ਚਨ ਦਾ, ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੀ ਮੰਗ ਕੀਤੀ ਸੀ ਜੀ। ਕੁਸ਼ਚਨ ਨੰਬਰ 12 ਹੈ ਜੀ, ਭਾਰਤੀ ਸੰਵਿਧਾਨ ਭਾਰਤੀਆਂ ਦੀ ਇੱਛਾ ਅਨੁਸਾਰ ਹੋਵੇਗਾ, ਕਿਸ ਨੇ ਇਹ ਸ਼ਬਦ ਕਹੇ ਸੀ? ਆਪਸ਼ਨ ਹੈ ਜੀ ਡਾਕਟਰ BR ਅੰਬੇਦਕਰ, ਬੀ ਹੈ ਮਹਾਤਮਾ ਗਾਂਧੀ, ਸੀ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ, ਡੀ ਹੈ ਜੀ ਬਾਲ ਗੰਗਾਧਰ ਤਿਲਕ। ਸਹੀ ਆਂਸਰ ਹੈ ਜੀ ਆਪਸ਼ਨ ਬੀ ਜੀ, ਸੋ ਮਹਾਤਮਾ ਗਾਂਧੀ ਨੇ ਇਹ ਸ਼ਬਦ ਕਹੇ ਸੀ ਜੀ। ਅਗਲਾ ਆਪਣਾ ਕੁਸ਼ਚਨ ਹੈ ਜੀ ਕੁਸ਼ਚਨ ਨੰਬਰ 13, ਭਾਰਤ ਦਾ ਸੰਵਿਧਾਨ ਕਿਸ ਦੇ ਸੁਝਾਵਾਂ 'ਤੇ ਜਿਹੜਾ ਹੈ ਸੰਵਿਧਾਨ ਸਭਾ ਸੋਰੀ ਕਿਸ ਦੇ ਸੁਝਾਵਾਂ 'ਤੇ ਗਠਿਤ ਕੀਤੀ ਗਈ ਸੀ ਜੀ? ਆਪਸ਼ਨ ਏ ਜੀ ਸਾਈਮਨ ਕਮਿਸ਼ਨ, ਬੀ ਹੈ ਜੀ ਮਾਊਂਟਬੈਟਨ ਯੋਜਨਾ, ਸੀ ਹੈ ਜੀ ਕ੍ਰਿਪਸ ਮਿਸ਼ਨ, ਡੀ ਹੈ ਜੀ ਕੈਬਨਿਟ ਮਿਸ਼ਨ ਯੋਜਨਾ ਜੀ। ਸਹੀ ਆਂਸਰ ਹੈ ਜੀ ਆਪਸ਼ਨ ਡੀ, ਕੈਬਨਿਟ ਮਿਸ਼ਨ ਯੋਜਨਾ ਦੇ ਆਧਾਰ 'ਤੇ ਜਿਹੜਾ ਹੈ ਸੰਵਿਧਾਨ ਸਭਾ ਦਾ ਗਠਨ ਇਸ ਦੇ ਸੁਝਾਵਾਂ 'ਤੇ ਕੀਤਾ ਗਿਆ ਸੀ ਜੀ। ਔਰ ਇਸ ਮਿਸ਼ਨ ਦੇ ਜਿਹੜੇ ਕੈਬਨਿਟ ਮਿਸ਼ਨ ਯੋਜਨਾ ਹੈ ਇਹਦੇ 3 ਮੈਂਬਰ ਸੀ ਜੀ, ਸਰ ਸਟੈਨਫੋਰਡ ਕ੍ਰਿਪਸ, ਔਰ ਉਸ ਤੋਂ ਬਾਅਦ AV ਅਲੈਗਜ਼ੈਂਡਰ ਔਰ ਸਰ ਪੈਥਿਕ ਲੈਰੈਂਸ ਜੀ। ਸੋ ਇਹ ਮਿਸ਼ਨ ਜਿਹੜਾ 24 ਮਾਰਚ 1946 ਨੂੰ ਭਾਰਤ ਪਹੁੰਚਿਆ ਸੀ ਜੀ। ਅਗਲਾ ਕੁਸ਼ਚਨ ਹੈ ਜੀ ਕੁਸ਼ਚਨ ਨੰਬਰ 14 ਹੈ ਜੀ, ਮੁੱਢਲੀ ਸੰਵਿਧਾਨ ਸਭਾ ਵਿੱਚ ਦੇਸੀ ਰਿਆਸਤਾਂ ਦੇ ਕਿੰਨੇ ਮੈਂਬਰ ਸਨ? ਇਹਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਡੀ ਹੈ ਜੀ, 4 ਮੈਂਬਰ ਜਿਹੜੇ ਨੇ ਮੁੱਢਲੀ ਸੰਵਿਧਾਨ ਸਭਾ ਦੇ ਵਿੱਚ ਦੇਸੀ ਰਿਆਸਤਾਂ ਸੀ 93 ਮੈਂਬਰ ਜਿਹੜੇ ਦੇਸੀ ਰਿਆਸਤਾਂ ਦੇ ਸੀ, ਔਰ 4 ਜਿਹੜੇ ਮੈਂਬਰ ਸੀ ਉਹ ਚੀਫ ਕਮਿਸ਼ਨਰ ਪ੍ਰਾਂਤਾਂ ਦੇ ਮੈਂਬਰ ਸੀ, ਔਰ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ 292 ਮੈਂਬਰ ਸੀ ਉਹ ਕੁੱਲ ਪ੍ਰਾਂਤ ਦੇ ਜਿਹੜੇ ਨੇ ਉਹ ਮੈਂਬਰ ਸੀ ਜੀ। ਅੱਗੇ ਜੀ ਕੁਸ਼ਚਨ ਨੰਬਰ 15, ਸੰਵਿਧਾਨ ਵਿੱਚ ਪ੍ਰਸਤਾਵਨਾ ਦਾ ਸੁਝਾਅ ਕਿਸਨੇ ਦਿੱਤਾ ਸੀ? ਆਪਸ਼ਨ ਏ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ, ਬੀ ਹੈ ਜੀ ਮਹਾਤਮਾ ਗਾਂਧੀ, ਸੀ ਹੈ BR ਅੰਬੇਦਕਰ, ਡੀ ਹੈ ਜੀ ਸਰਦਾਰ ਪਟੇਲ। ਸਹੀ ਆਂਸਰ ਇਸਦਾ ਆਪਸ਼ਨ ਏ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ।
ਨੇ ਜਿਹੜਾ ਪ੍ਰਸਤਾਵਨਾ ਦਾ ਸੁਝਾਅ ਦਿੱਤਾ ਸੀ ਜੀ। ਅਗਲਾ ਕੁਸ਼ਚਨ ਹੈ ਜੀ, ਕੁਸ਼ਚਨ ਨੰਬਰ 16, ਮੁਸਲਿਮ ਸਮੁਦਾਇ ਲਈ ਸਭ ਤੋਂ ਪਹਿਲਾਂ ਅਲੱਗ ਚੋਣ ਮੰਡਲ ਦਾ ਗਠਨ ਕਦੋਂ ਕੀਤਾ ਗਿਆ? ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ, 1909 ਦਾ ਜਿਹੜਾ ਭਾਰਤ ਅਧਿਨਿਯਮ ਐਕਟ ਸੀ ਜੀ, ਉਸ ਦੇ ਮੁਤਾਬਕ ਮੁਸਲਮਾਨਾਂ ਲਈ ਅਲੱਗ ਚੋਣ ਮੰਡਲ ਦੀ ਵਿਵਸਥਾ ਕੀਤੀ ਗਈ ਸੀ। ਕੁਸ਼ਚਨ ਨੰਬਰ ਅੱਗੇ 17 ਜੀ, ਭਾਰਤ ਦੇਸ਼ ਦੀ ਸਰਵਉੱਚ ਸ਼ਕਤੀ ਕਿਹੜੀ ਹੈ? ਆਪਸ਼ਨ ਏ ਜੀ ਰਾਸ਼ਟਰਪਤੀ, ਬੀ ਹੈ ਸੰਸਦ, ਸੀ ਹੈ ਸੰਵਿਧਾਨ, ਡੀ ਹੈ ਜੀ ਪ੍ਰਧਾਨ ਮੰਤਰੀ। ਸਹੀ ਆਂਸਰ ਹੈ ਜੀ ਆਪਸ਼ਨ ਸੀ, ਸੰਵਿਧਾਨ ਸਭ ਤੋਂ ਉੱਚੀ ਸਰਵਉੱਚ ਸ਼ਕਤੀ ਹੈ ਜੀ, ਇਸ ਦੀ ਉਲੰਘਣਾ ਕੋਈ ਨਹੀਂ ਕਰ ਸਕਦਾ। ਕੁਸ਼ਚਨ ਨੰਬਰ 18 ਜੀ, ਕਿਹੜੇ ਦੇਸ਼ ਦੇ ਸੰਵਿਧਾਨ ਨੂੰ ਉਧਾਰ ਦਾ ਥੈਲਾ ਜਾਂ ਵਕੀਲਾਂ ਦਾ ਸਵਰਗ ਕਿਹਾ ਜਾਂਦਾ ਹੈ ਜੀ? ਆਪਸ਼ਨ ਏ ਜੀ ਭਾਰਤ, ਬੀ ਹੈ ਅਮਰੀਕਾ, ਸੀ ਹੈ ਕੈਨੇਡਾ, ਡੀ ਹੈ ਜੀ ਚੀਨ। ਸਹੀ ਆਂਸਰ ਹੈ ਜੀ ਆਪਸ਼ਨ ਏ, ਭਾਰਤ ਦਾ ਸੰਵਿਧਾਨ ਜਿਹੜਾ ਹੈ ਉਧਾਰ ਦਾ ਥੈਲਾ ਇਸ ਨੂੰ ਕਿਹਾ ਜਾਂਦਾ, ਕਿਉਂਕਿ ਸਾਰੇ ਲਗਭਗ ਕਈ ਦੇਸ਼ਾਂ ਦੇ ਸੰਵਿਧਾਨਾਂ ਨੂੰ ਲੈ ਕੇ ਜਿਹੜਾ ਹੈ ਚੰਗੀਆਂ ਗੱਲਾਂ ਨੂੰ ਲੈ ਕੇ ਸੰਵਿਧਾਨ ਬਣਾਇਆ ਗਿਆ ਹੈ, ਇਸ ਕਰਕੇ ਇਸ ਨੂੰ ਉਧਾਰ ਦਾ ਥੈਲਾ ਕਿਹਾ ਜਾਂਦਾ, ਔਰ ਇਸ ਨੂੰ ਵਕੀਲਾਂ ਦਾ ਸਵਰਗ ਵੀ ਕਿਹਾ ਜਾਂਦਾ। ਕੁਸ਼ਚਨ ਨੰਬਰ 19 ਹੈ ਜੀ, ਭਾਰਤੀ ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਪ੍ਰਾਪਤ ਮੌਲਿਕ ਅਧਿਕਾਰਾਂ ਨੂੰ ਕਦੋਂ ਰੱਦ ਕੀਤਾ ਜਾ ਸਕਦਾ? ਆਪਸ਼ਨ ਏ ਜੀ ਆਮ ਚੋਣਾਂ ਦੌਰਾਨ, ਬੀ ਹੈ ਜੀ ਰਾਸ਼ਟਰੀ ਸੰਕਟਕਾਲੀਨ ਅਵਸਥਾ, ਸੀ ਹੈ ਜੀ ਸਾਰੇ ਪ੍ਰਕਾਰ ਦੀ ਸੰਕਟਕਾਲੀਨ ਅਵਸਥਾ, ਡੀ ਹੈ ਜੀ ਕਦੇ ਵੀ ਰੱਦ ਨਹੀਂ ਕੀਤਾ ਜਾ ਸਕਦਾ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ, ਰਾਸ਼ਟਰੀ ਸੰਕਟ ਦੇ ਦੌਰਾਨ ਰਾਸ਼ਟਰੀ ਸੰਕਟਕਾਲੀਨ ਅਵਸਥਾ ਵਿੱਚ ਜਿਹੜੇ ਸੰਵਿਧਾਨ ਨੇ, ਸੋਰੀ ਜਿਹੜੇ ਮੌਲਿਕ ਅਧਿਕਾਰ ਸਾਨੂੰ ਪ੍ਰਾਪਤ ਨੇ ਜੀ, 6 ਮੌਲਿਕ ਅਧਿਕਾਰ ਨੇ, ਸੋ ਉਹਨਾਂ ਨੂੰ ਜਿਹੜਾ ਹੈ ਰੱਦ ਕੀਤਾ ਜਾ ਸਕਦਾ ਜੀ। ਕੁਸ਼ਚਨ ਨੰਬਰ 20 ਹੈ ਜੀ, ਅੰਤਰਿਮ ਸਰਕਾਰ ਦੀ ਸਥਾਪਨਾ ਦਾ ਅਧਿਕਾਰ ਦਿੱਤਾ ਗਿਆ? ਆਪਸ਼ਨ ਏ ਜੀ ਲਾਰਡ ਮਾਊਂਟਬੈਟਨ ਯੋਜਨਾ ਦੇ ਤਹਿਤ, ਬੀ ਹੈ ਜੀ ਸੈਮਨ ਕਮਿਸ਼ਨ, ਸੀ ਹੈ ਜੀ ਕੈਬਨਿਟ ਮਿਸ਼ਨ, ਡੀ ਹੈ ਜੀ ਕ੍ਰਿਪਸ ਮਿਸ਼ਨ। ਸਹੀ ਆਂਸਰ ਹੈ ਜੀ ਆਪਸ਼ਨ ਸੀ, ਕੈਬਨਿਟ ਮਿਸ਼ਨ ਜੀ। ਅੱਗੇ ਹੈ ਜੀ ਕੁਸ਼ਚਨ ਨੰਬਰ 21 ਹੈ ਜੀ, ਭਾਰਤ ਵਿੱਚ ਰਾਜ ਸਰਕਾਰ ਦੀ ਆਮਦਨ ਦਾ ਮੁੱਖ ਸਰੋਤ ਹੈ? ਆਪਸ਼ਨ ਏ ਜੀ ਭੂਮੀ, ਬੀ ਹੈ ਜੀ ਆਯਾਤਕਰ, ਸੀ ਹੈ ਜੀ ਵਿਕਰੀ ਕਰ, ਡੀ ਹੈ ਜੀ ਕੋਈ ਨਹੀਂ। ਸਹੀ ਆਂਸਰ ਹੈ ਜੀ ਆਪਸ਼ਨ ਸੀ, ਵਿਕਰੀ ਕਰ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 22, ਕਿਹੜੀ 5 ਸਾਲਾ ਯੋਜਨਾ ਸਮੇਂ ਤੋਂ ਪਹਿਲਾਂ ਖਤਮ ਕੀਤੀ ਗਈ? ਆਪਸ਼ਨ ਏ ਹੈ ਜੀ ਦੂਜੀ, ਬੀ ਹੈ ਜੀ ਤੀਜੀ, ਸੀ ਹੈ ਜੀ 8ਵੀਂ, ਡੀ ਹੈ ਜੀ 5ਵੀਂ। ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ, ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਜੀ, ਤੀਜੀ 5 ਸਾਲਾ ਯੋਜਨਾ ਜਿਹੜੀ ਹੈ ਜੋ ਸੀ 1966 ਤੋਂ ਜਿਹੜੀ ਹੈ 69 ਤੱਕ, 69 ਦੇ ਵਿੱਚ ਉਹ ਖਤਮ ਹੋ ਗਈ ਸੀ ਜੀ। ਸੋ ਇਹ ਜਿਹੜੀ ਯੋਜਨਾ ਹੈ ਵਕਤ ਤੋਂ ਪਹਿਲਾਂ ਖਤਮ ਹੋ ਗਈ ਸੀ, ਖਤਮ ਕਰਨੀ ਪਈ, ਕਿਉਂਕਿ ਇਹਦਾ ਕਾਰਨ ਸੀ ਇੱਕ ਤਾਂ ਭਾਰਤ ਪਾਕ ਯੁੱਧ ਸੀ ਜੀ 1965, ਔਰ ਉਸ ਤੋਂ ਬਾਅਦ ਜਿਹੜਾ ਹੈ ਅਕਾਲ ਪੈਣਾ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 24, ਹੁਣ ਤੱਕ ਸਭ ਤੋਂ ਘੱਟ ਕਾਰਜਕਾਲ ਕਿਹੜੇ ਰਾਸ਼ਟਰਪਤੀ ਦਾ ਰਿਹਾ? ਆਪਸ਼ਨ ਹੈ ਜੀ ਡਾਕਟਰ ਜ਼ਾਕਿਰ ਹੁਸੈਨ, ਬੀ ਹੈ ਜੀ ਵੀ ਗਿਰੀ, ਸੀ ਹੈ ਜੀ ਬੀ ਡੀ ਜੱਤੀ, ਡੀ ਹੈ ਜੀ ਗਿਆਨੀ ਜੈਲ ਸਿੰਘ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਏ, ਡਾਕਟਰ ਜ਼ਾਕਿਰ ਹੁਸੈਨ ਜੀ ਦਾ ਜਿਹੜਾ ਕਾਰਜਕਾਲ ਹੈ ਸਭ ਤੋਂ ਘੱਟ ਰਿਹਾ ਜੀ। ਡਾਕਟਰ ਜ਼ਾਕਿਰ ਹੁਸੈਨ ਜੀ ਜਿਹੜੇ ਨੇ ਪਹਿਲੇ ਰਾਸ਼ਟਰਪਤੀ ਸੀ ਕਾਰਜਕਾਲ ਦੌਰਾਨ ਜਿਨ੍ਹਾਂ ਦੀ ਮੌਤ ਹੋ ਗਈ, ਔਰ ਸਭ ਤੋਂ ਘੱਟ ਕਾਰਜਕਾਲ ਸੀ ਉਹਨਾਂ ਦਾ, ਜਿਹੜਾ ਕਾਰਜਕਾਲ ਸੀ ਉਹ ਹੈਗਾ ਸੀ ਜੀ 1967 ਤੋਂ ਲੈ ਕੇ 69 ਤੱਕ, ਯਾਨੀ ਕਿ 69 ਤੱਕ ਸੀ। ਔਰ ਇਸ ਦੇ ਨਾਲ ਇਹ ਵੀ ਯਾਦ ਰੱਖਣਾ, ਜੇਕਰ ਕੁਸ਼ਚਨ ਪੁੱਛਿਆ ਜਾਏ ਕਿ ਪਹਿਲੇ ਮੁਸਲਿਮ ਰਾਸ਼ਟਰਪਤੀ ਕੌਣ ਸੀ, ਤਾਂ ਉਹ ਵੀ ਡਾਕਟਰ ਜ਼ਾਕਿਰ ਹੁਸੈਨ ਸੀ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 24, ਸੰਯੁਕਤ ਰਾਸ਼ਟਰ ਸੰਘ ਦਾ ਵਾਤਾਵਰਨ ਪ੍ਰੋਗਰਾਮ ਦਾ ਮੁੱਖ ਦਫ਼ਤਰ ਕਿੱਥੇ ਹੈ? ਆਪਸ਼ਨ ਹੈ ਜੀ ਨੈਰੋਬੀ, ਬੀ ਹੈ ਵਿਆਨਾ, ਸੀ ਹੈ ਜੀ ਜਨੇਵਾ, ਡੀ ਹੈ ਜੀ ਨਿਊਯਾਰਕ। ਸਹੀ ਆਂਸਰ ਹੈ ਜੀ ਆਪਸ਼ਨ ਏ, ਨੈਰੋਬੀ ਦੇ ਵਿੱਚ ਹੈ ਜੀ UNO ਦਾ ਜਿਹੜਾ ਵਾਤਾਵਰਨ ਪ੍ਰੋਗਰਾਮ ਦਾ ਮੁੱਖ ਦਫ਼ਤਰ। ਕੁਸ਼ਚਨ ਨੰਬਰ ਅੱਗੇ ਹੈ ਜੀ 25 ਜੀ, ਸੰਯੁਕਤ ਰਾਸ਼ਟਰ ਸੰਘ ਦੇ ਮੁੱਢਲੇ ਮੈਂਬਰ ਕਿੰਨੇ ਸਨ? ਆਪਸ਼ਨ ਹੈ ਜੀ 71, ਬੀ ਹੈ 51, ਸੀ ਹੈ 72, ਡੀ ਹੈ ਜੀ 42। ਸਹੀ ਆਂਸਰ ਹੈ ਜੀ ਆਪਸ਼ਨ ਬੀ, ਸਟਾਰਟਿੰਗ ਤੋਂ ਜਿਹੜੇ ਸ਼ੁਰੂ ਦੇ ਮੈਂਬਰ ਸਨ 51 ਮੈਂਬਰ ਸੀ ਜੀ, 51 ਸੀ। ਔਰ UNO ਦੀ ਜਿਹੜੀ ਸਥਾਪਨਾ ਆਪਾਂ ਨੂੰ ਪਤਾ ਹੀ ਹੈ ਕਿ 24 ਅਕਤੂਬਰ 1945 ਨੂੰ ਹੋਈ ਸੀ ਜੀ, ਔਰ ਵਰਤਮਾਨ ਇਸ 'ਤੇ 193 ਮੈਂਬਰ ਨੇ ਜੀ, ਔਰ ਲਾਸਟ ਜਿਹੜਾ ਇਸਦਾ ਮੈਂਬਰ ਹੈ ਉਹ ਦੱਖਣੀ ਸੁਡਾਨ ਹੈ ਜੀ, ਔਰ 2011 ਦੇ ਵਿੱਚ ਉਹ 193 ਜਿਹੜਾ ਮੈਂਬਰ ਉਹ ਬਣਿਆ ਸੀ ਜੀ। ਅਗਲਾ ਕੁਸ਼ਚਨ ਹੈ ਜੀ, ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਅੰਗ ਕਿੰਨੇ ਹਨ? ਆਪਸ਼ਨ ਏ ਜੀ 5, ਬੀ ਹੈ 10, ਸੀ ਹੈ ਜੀ 15, ਡੀ ਹੈ ਜੀ 6। ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਡੀ ਹੈ ਜੀ, 6 ਪ੍ਰਮੁੱਖ ਅੰਗ ਨੇ ਜੀ ਸੰਯੁਕਤ ਰਾਸ਼ਟਰ ਸੰਘ ਦੇ UNO ਦੇ, ਜਿਸ ਦੇ ਵਿੱਚ ਮਹਾਸਭਾ ਹੈ ਜੀ 1 ਨੰਬਰ 'ਤੇ, ਨੰਬਰ 2 'ਤੇ ਹੈ ਜੀ ਸੁਰੱਖਿਆ ਪਰਿਸ਼ਦ, ਔਰ ਉਸ ਤੋਂ ਬਾਅਦ ਹੈ ਜੀ ਨੰਬਰ 3 'ਤੇ
ਨੰਬਰ 3 ਤੇ ਹੈ ਜੀ ਆਰਥਿਕ ਤੇ ਸਮਾਜਿਕ ਪਰਿਸ਼ਦ ਜੀ, ਔਰ ਨੰਬਰ 4 ਤੇ ਹੈ ਜੀ ਟਰਸਟੀਸ਼ਿਪ ਪਰਿਸ਼ਦ, ਔਰ ਨੰਬਰ 5 ਤੇ ਹੈ ਜੀ ਅੰਤਰਰਾਸ਼ਟਰੀ ਅਦਾਲਤ, ਔਰ ਉਸ ਤੋਂ ਬਾਅਦ ਨੰਬਰ 6 ਤੇ ਹੈ ਜੀ ਸੈਕਟਰੀਏਟ ਸਕੱਤਰੇਤ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 27 ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਪਹਿਲਾਂ ਲੋਕਪਾਲ ਪਦ ਦੀ ਸਥਾਪਨਾ ਕੀਤੀ ਗਈ? ਆਪਸ਼ਨ ਏ ਜੀ ਰਾਜਸਥਾਨ, ਬੀ ਹੈ ਜੀ ਮਹਾਰਾਸ਼ਟਰ, ਸੀ ਹੈ ਜੀ ਆਂਧਰਾ ਪ੍ਰਦੇਸ਼, ਡੀ ਹੈ ਜੀ ਬਿਹਾਰ। ਸਹੀ ਆਂਸਰ ਹੈ ਜੀ ਆਪਸ਼ਨ ਬੀ, ਮਹਾਰਾਸ਼ਟਰ ਦੇ ਵਿੱਚ ਸਭ ਤੋਂ ਪਹਿਲਾਂ ਲੋਕਪਾਲ ਦੀ ਜਿਹੜੀ ਸਥਾਪਨਾ ਉਹ ਕੀਤੀ ਗਈ ਸੀ। ਕੁਸ਼ਚਨ ਨੰਬਰ ਅੱਗੇ 28 ਹੈ ਜੀ, ਗੁਜਰਾਲ ਸਿਧਾਂਤ ਦਾ ਸੰਬੰਧ ਕਿਹੜੇ ਵਿਸ਼ੇ ਨਾਲ ਹੈ? ਆਪਸ਼ਨ ਏ ਹੈ ਜੀ ਵਿਦੇਸ਼ ਨੀਤੀ, ਬੀ ਹੈ ਜੀ ਘਰੇਲੂ ਨੀਤੀ, ਸੀ ਹੈ ਜੀ 5 ਸਾਲਾ ਯੋਜਨਾ, ਡੀ ਹੈ ਜੀ ਵਿਦੇਸ਼ੀ ਵਪਾਰ। ਤਾਂ ਇਹਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਏ ਹੈ ਜੀ, ਵਿਦੇਸ਼ ਨੀਤੀ ਦੇ ਨਾਲ ਸੰਬੰਧ ਹੈ ਜੀ ਗੁਜਰਾਲ ਸਿਧਾਂਤ ਦਾ, ਔਰ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ IK ਗੁਜਰਾਲ ਦੁਆਰਾ ਇਹ ਜਿਹੜਾ ਗੁਜਰਾਲ ਸਿਧਾਂਤ ਦਿੱਤਾ ਗਿਆ ਸੀ, ਔਰ ਇਹ ਸਿਧਾਂਤ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਲ ਸੰਬੰਧਿਤ ਹੈ ਜੀ। ਕੁਸ਼ਚਨ ਨੰਬਰ ਹੈ ਜੀ ਅੱਗੇ ਆਪਣਾ 29, ਭਾਰਤੀ ਵਿਦੇਸ਼ ਨੀਤੀ ਦਾ ਮੁੱਖ ਆਧਾਰ ਕੀ ਹੈ ਜੀ? ਆਪਸ਼ਨ ਏ ਜੀ ਰੰਗ ਭੇਦ ਦੀ ਨੀਤੀ ਦਾ ਵਿਰੋਧ, ਬੀ ਹੈ ਜੀ ਗੁੱਟ ਨਿਰਲੇਪਤਾ, ਸੀ ਹੈ ਜੀ ਗੁਆਂਢੀ ਦੇਸ਼ਾਂ ਨਾਲ ਮਿੱਤਰਤਾਪੂਰਕ ਨੀਤੀ, ਡੀ ਹੈ ਜੀ ਅੰਤਰਰਾਸ਼ਟਰੀ ਸ਼ਾਂਤੀ। ਸਹੀ ਆਂਸਰ ਇਸਦਾ ਹੋਏਗਾ ਜੀ ਆਪਸ਼ਨ ਬੀ ਜੀ ਗੁੱਟ ਨਿਰਲੇਪਤਾ। ਸੋ ਜਿਹੜੇ ਸੈਨਿਕ ਗੁੱਟ ਨੇ ਜੀ, ਗੁੱਟ ਨਿਰਲੇਪਤਾ ਤੋਂ ਭਾਵ ਕੀ ਹੈ, ਸੈਨਿਕ ਗੁੱਟਾਂ ਜਿਵੇਂ ਰੂਸ ਸ਼ਕਤੀ ਅਤੇ ਅਮਰੀਕਾ ਸ਼ਕਤੀ ਗੁੱਟ ਤੋਂ ਦੂਰ ਰਹਿਣਾ ਜੀ, ਔਰ ਗੁੱਟ ਨਿਰਲੇਪ ਲਹਿਰ ਜਿਹੜੀ ਹੈ ਪੰਚਸ਼ੀਲ ਸਿਧਾਂਤਾਂ 'ਤੇ ਆਧਾਰਿਤ ਸੀ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 30 ਹੈ ਜੀ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ? ਆਪਸ਼ਨ ਏ ਜੀ 9 ਦਸੰਬਰ 1947, ਬੀ ਹੈ ਜੀ 15 ਅਗਸਤ 1947, ਸੀ ਹੈ ਜੀ 9 ਦਸੰਬਰ 1947, ਡੀ ਹੈ ਜੀ 9 ਦਸੰਬਰ 1948। ਤਾਂ ਇਹਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਹੈ ਜੀ 9 ਦਸੰਬਰ 1946 ਨੂੰ ਜਿਹੜੀ ਹੈ ਪਹਿਲੀ ਬੈਠਕ ਹੋਈ ਸੀ, ਔਰ ਮੁਸਲਿਮ ਲੀਗ ਨੇ ਇਸ ਵਿੱਚ ਹਿੱਸਾ ਨਹੀਂ ਲਿਆ ਸੀ। ਮਿਸਟਰ ਜਿਨਾਹ ਨੇ ਗਵਰਨਰ ਜਨਰਲ 'ਤੇ ਇਸ ਗੱਲ 'ਤੇ ਬਹੁਤ ਜ਼ੋਰ ਦਿੱਤਾ ਕਿ ਸੰਵਿਧਾਨ ਸਭਾ ਦੀ ਬੈਠਕ ਰੋਕ ਦਿੱਤੀ ਜਾਵੇ, ਨਹੀਂ ਤਾਂ ਝਗੜੇ ਉੱਠ ਪੈਣਗੇ ਜੀ, ਪਰ ਇਸ ਦਿਨ ਕਿਸੇ ਪ੍ਰਕਾਰ ਦੀ ਅਜਿਹੀ ਕੋਈ ਘਟਨਾ ਨਾ ਵਾਪਰੀ ਜੀ, ਔਰ ਇਸ ਬੈਠਕ ਵਿੱਚ 209 ਮੈਂਬਰ ਜਿਹੜੇ ਨੇ ਉਹ ਹਾਜ਼ਰ ਸੀ ਜੀ। ਡਾਕਟਰ ਸੱਚਦਾਨੰਦ ਸਿਨਹਾ ਨੂੰ ਜਿਹੜੇ ਕਿ ਬਿਹਾਰ ਦੇ ਮਸ਼ਹੂਰ ਲੀਡਰ ਸਨ, ਸਾਰੇ ਮੈਂਬਰਾਂ ਵਿੱਚੋਂ ਬਜ਼ੁਰਗ ਸਨ, ਸੰਵਿਧਾਨ ਸਭਾ ਦਾ ਕਾਰਜ ਸ਼ੁਰੂ ਕਰਨ ਦੇ ਲਈ ਅਸਥਾਈ ਪ੍ਰਧਾਨ ਚੁਣਿਆ ਗਿਆ, ਔਰ ਉਸ ਤੋਂ ਬਾਅਦ ਫਿਰ 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਦੀ ਚੋਣ ਹੋਈ, ਜਿਸ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਚੁਣੇ ਗਏ ਜੀ। ਸੋ ਇਹ ਸੀ ਜੀ ਅੱਜ ਦਾ ਆਪਣਾ ਵੀਡੀਓ ਜੀ, ਸਵਿਕਸ ਦਾ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਜੀ, ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।